ਜੀ ਬਿਲਕੁਲ ਕ੍ਰਿਸ਼ਨ, ਇਸ ਵਕਤ ਅਸੀਂ ਉਸੇ ਨਹਿਰ ਤੇ ਖੜੇ ਹਾਂ ਪਟਿਆਲਾ ਦੇ ਵਿੱਚ ਭਾਖੜਾ ਨਹਿਰ ਦੇ ਉੱਪਰ, ਜਿੱਥੇ ਕੱਲ ਦੋ ਅਧਿਆਪਕਾਂ ਨੇ ਛਾਲ ਮਾਰੀ ਸੀ ਤੇ ਤੁਸੀਂ ਦੇਖ ਸਕਦੇ ਹੋ ਕਿ ਹਜੇ ਵੀ ਪੁਲ ਦੇ ਉੱਪਰ ਜਿਹੜੇ ਨੇ ਉਹ ਅਧਿਆਪਕ ਬੈਠੇ ਹੋਏ ਨੇ ਤੇ ਫਿਲਹਾਲ ਅਗਰ ਸਰਕਾਰ ਦੀ ਗੱਲ ਕਰੀਏ ਤਾਂ ਸਰਕਾਰ ਦੀ ਤਿਆਰੀਆਂ ਦਾ ਇੰਤਜ਼ਾਰ ਕਰ ਰਹੇ ਨੇ ਕਿ ਸਰਕਾਰ ਕੋਈ ਐਲਾਨ ਕਰੇਗੀ ਜਾਂ ਪ੍ਰਸ਼ਾਸਨਿਕ ਕੋਈ ਐਲਾਨ ਕੀਤਾ ਜਾਏਗਾ। ਲੇਕਿਨ ਸਰਕਾਰ ਨੇ ਦੂਸਰਾ ਜ਼ਰੂਰ ਕਰ ਲਿਆ ਕਿ ਅਗਰ ਜੇ ਨਹਿਰ ਦੇ ਵਿੱਚ ਅਧਿਆਪਕ ਛਾਲਾਂ ਮਾਰਨਗੇ ਤੇ ਉਹਨਾਂ ਦੀ 40 ਬੰਦਿਆਂ ਦੀ ਜਿਹੜੀ ਟੀਮ ਜ਼ਰੂਰ ਤਿਆਰ ਕਰਤੀ ਹੋਈ ਹੈ ਚਾਰੋਂ ਨਹਿਰਾਂ ਦੇ ਉੱਪਰ ਤੇ ਇੱਕ ਟੀਮ ਭਾਖੜਾ ਜਿਹੜੀ ਜਗ੍ਹਾ ਛਾਲ ਮਾਰੀ ਸੀਗੀ ਉੱਥੇ ਜਿਹੜੀ ਵੱਡੀ ਟੀਮ ਸਾਡੇ ਨਾਲ ਹੈ ਪੂਰੀ ਆਪਣੇ ਜਿਹੜੇ ਇਕਵਿਪਮੈਂਟਸ ਦੇ ਨਾਲ ਜਿਹੜੀ ਹੈਗੀ, ਭਾਵੇਂ ਉਹਨਾਂ ਦੇ ਸਿਲੰਡਰਸ ਹੋ ਜਾਣ ਕਿ ਅਗਰ ਉਹਨਾਂ ਨੂੰ ਨਹਿਰ ਦੇ ਥੱਲੇ ਜਾਣਾ ਪੈਂਦਾ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦਾ ਸਿਲੰਡਰ ਹੈ ਪੂਰੀ ਤਰ੍ਹਾਂ ਤਿਆਰ ਨੇ ਜੈਕਟਾਂ ਤੇ ਫਿਲਹਾਲ ਕੀ ਕਹਿਣਾ ਚਾਹੋਗੇ ਤੁਹਾਡੀ ਕਿੰਨੇ ਬੰਦਿਆਂ ਦੀ ਟੀਮ ਲੱਗੀ ਹੈ ਇੱਥੇ? ਸਰ ਕੱਲ ਦਾ ਟਾਈਮ ਸੀ ਸਾਡੇ ਕੋਲ 4 ਵਜੇ ਤੋਂ ਸਾਨੂੰ ਮੈਸੇਜ ਆਇਆ ਸੀਗਾ ਥਾਣਾ ਪਸਿਆਣਾ ਪਟਿਆਲੇ ਤੋਂ ਵੀ ਜਿਹੜੇ ਟੀਚਰ ਨੇ ਉਹ ਕੋਈ ਧਰਨਾ ਪ੍ਰਦਰਸ਼ਨ ਕਰਨੇ ਆ ਤਾਂ ਡਾਈਵਰਸ ਦੀ ਭਾਖੜਾ ਨਹਿਰ 'ਤੇ ਲੋੜ ਆ ਅਤੇ ਜਿਹਦੇ ਵਿੱਚ ਤੱਕ ਨਾਲ ਦੀ ਨਾਲ ਹੀ 40 ਡਾਈਵਰਸ ਜਿਹੜੇ ਸੀਗੇ ਪਸਿਆਣਾ ਹਾਈਵੇ ਬ੍ਰਿਜ ਅਤੇ ਮੇਨ ਪੁੱਲ ਅਤੇ ਨਾਭਾ ਰੋਡ ਅਤੇ ਸਿੱਧੂਵਾਲ ਇਹ 4 ਪੁਆਇੰਟ ਸੀਗੇ ਜਿਹਦੇ ਵਿੱਚ ਡਾਈਵਰਸ ਜਿਹੜੇ ਸੀਗੇ ਅਲੱਗ ਅਲੱਗ ਜਗ੍ਹਾ ਉਹ ਲਗਾਏ ਗਏ ਸੀਗੇ ਵੀ ਜਿਹੜੇ ਟੀਚਰ ਨੇ ਉਹ ਕਿਸੇ ਵੀ ਤਰ੍ਹਾਂ ਦਾ ਹਾਦਸਾ ਜਾਂ ਦੁਰਘਟਨਾ ਕੋਈ ਨਾ ਹੋ ਸਕੇ ਇਸ ਕਰਕੇ ਗੋਤਾਖੋਰ ਲਗਾਏ ਸੀ ਜਿਹਦੇ ਵਿੱਚੋਂ ਇੱਕ ਕੋਈ 5:30 ਵਜੇ ਇੱਕ ਟੀਚਰ ਛਾਲ ਮਾਰ ਗਿਆ ਸੀ ਜਿਹਨੂੰ ਬਿਲਕੁਲ ਸੁਰੱਖਿਅਤ ਬਾਹਰ ਕੱਢ ਲਿਆ ਸੀਗਾ ਅਤੇ ਰਾਤ ਦਾ ਸਮਾਂ ਸੀਗਾ 8 ਵਜੇ ਦਾ ਟਾਈਮ ਸੀਗਾ ਜਿਹਦੇ ਵਿੱਚ ਇੱਕ ਟੀਚਰ ਨੇ ਹੋਰ ਜੰਪ ਕਰਿਆ ਭਾਖੜਾ ਨਹਿਰ ਦੇ ਵਿੱਚ ਜਿਸ ਨੂੰ ਗੋਤਾਖੋਰਾਂ ਨੇ ਤੁਰੰਤ ਕਿੰਨੇ ਬੰਦੇ ਦੀ ਟੀਮ ਤੁਸੀਂ ਲਾਈ ਹੋਈ ਹੈ ਚਾਰੋਂ ਨਹਿਰਾਂ? ਟੋਟਲ 40 ਤੋਂ 45 ਬੰਦਿਆਂ ਦੀ ਟੀਮ ਹੈ ਜਿਹੜੀ ਇੱਥੇ ਲੱਗੀ ਹੋਈ ਜੀ। ਤੁਸੀਂ ਕੱਲ ਸੀਗੇ ਇੱਥੇ ਜਦੋਂ ਛਾਲ ਮਾਰੀ ਸੀ, ਤੁਸੀਂ ਬਚਾਇਆ ਸੀਗਾ ਦੋਨਾਂ ਟੀਚਰਾਂ ਨੂੰ? ਤੁਸੀਂ ਬਚਾਇਆ ਸੀਗਾ? ਹਾਂਜੀ। ਕੀ ਹੋਇਆ ਸੀਗਾ ਉਦੋਂ ਤੁਸੀਂ ਨਹਿਰ ਛਾਲ ਮਾਰੀ? ਕੀ ਉਹਨਾਂ ਨੂੰ ਤੈਰਨਾ ਆਉਂਦਾ ਸੀ ਟੀਚਰ ਨੂੰ? ਨਹੀਂ ਸਰ, ਇਹ ਤਾਂ ਹਮ ਕਨਫਰਮ ਨਹੀਂ ਕਹਿ ਸਕਤੇ ਕਿ ਉਹਨੇ ਤੈਰਨਾ ਆਤਾ ਥਾ ਜਾਂ ਨਹੀਂ ਆਤਾ ਥਾ। ਬਾਕੀ ਪ੍ਰਧਾਨ ਜੀ ਨੇ ਫੋਨ ਕਰਾ ਕਿ ਭਾਈ ਆਪ ਲੋਗ ਯਹਾਂ ਆ ਜਾਓ, ਇਸ ਤਰ੍ਹਾਂ ਕਰਕੇ ਬਾਤ ਹੈ ਯਹਾਂ। ਤਪਿਨ, ਜੋ ਅਸੀਂ ਦੇਖ ਰਹੇ ਹਾਂ ਤਸਵੀਰਾਂ ਦੇ ਵਿੱਚ ਕਿ ਕਿਸ ਤਰ੍ਹਾਂ ਦੇ ਨਾਲ ਧਰਨੇ ਤੇ ਬੈਠੇ ਨੇ ਅਧਿਆਪਕ, ਪਰ ਪੁਲਿਸ ਮੁਲਾਜ਼ਮ ਕਿਤਨਾ ਕਿਤੇ ਦਿਖਾਈ ਨਹੀਂ ਦੇ ਰਹੇ ਕਿ ਇੰਤਜ਼ਾਰ ਕੀਤਾ ਜਾ ਰਿਹਾ ਕਿ ਅਧਿਆਪਕ ਪਹਿਲਾਂ ਛਾਲ ਮਾਰਨ ਤੇ ਉਸ ਤੋਂ ਬਾਅਦ ਫਿਰ ਨਿਰਦੇਸ਼ ਦਿੱਤੇ ਜਾਣ ਕਿ ਉਹਨਾਂ ਨੂੰ ਬਾਹਰ ਕੱਢਿਆ ਜਾਵੇ। ਉਹ ਵੀ ਤੁਸੀਂ ਤਸਵੀਰਾਂ ਦਰਸ਼ਕਾਂ ਨੂੰ ਦਿਖਾਓ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ, ਪੁਲਿਸ ਮੁਲਾਜ਼ਮ ਕਿੰਨੀ ਗਿਣਤੀ ਦੇ ਵਿੱਚ ਨੇ, ਕਿਉਂਕਿ ਪੁਲ ਤੇ ਸਿਰਫ ਅਧਿਆਪਕ ਬੈਠੇ ਦਿਖਾਈ ਦੇ ਰਹੇ ਨੇ। ਜੀ ਬਿਲਕੁਲ ਕ੍ਰਿਸ਼ਨ, ਇੱਕ ਵਾਰੀ ਅਸੀਂ ਤਸਵੀਰ ਦਿਖਾਈ ਸੀਗੀ ਕਿ ਸਰਕਾਰ ਨੇ ਜ਼ਰੂਰ ਆਪਣੀ ਤਿਆਰੀ ਕਰ ਲਈ ਹੈ ਕਿ ਅਗਰ ਨਈ ਗੱਲਬਾਤ ਬਣ ਪਾਉਂਦੀ ਜਿਹੜੇ ਟੀਚਰਾਂ ਦੇ ਨਾਲ ਤੇ ਇਸ ਤਰ੍ਹਾਂ ਦੀ ਕੋਈ ਅਨਸੁਖਾਵੀ ਘਟਨਾ ਨਾ ਹੋਵੇ, ਦੁਬਾਰਾ ਨਹਿਰਾਂ ਛਾਲ ਨਾ ਮਾਰੀ ਜਾਏ, ਕਿਉਂਕਿ ਘੜਾ ਜਿਹੜਾ ਭਰਨ ਦੀ ਗੱਲ ਕਰ ਰਹੇ ਨੇ ਟੀਚਰ ਕਿ ਅਸੀਂ ਬਹੁਤ ਇੰਤਜ਼ਾਰ ਕਰ ਲਿਆ। ਤੁਸੀਂ ਦੇਖ ਸਕਦੇ ਹੋ ਕਿ ਇੱਥੇ ਰਜਾਈਆਂ ਜਿਹੜੀਆਂ ਨੇ ਉਹ ਟੰਗੀਆਂ ਹੋਈਆਂ ਤੇ ਇਸ ਪੁਲ ਨੂੰ ਬੰਦ ਕੀਤਾ ਗਿਆ ਕਿ ਇਹ ਦੋਧੋਂ ਪਾਸੇ ਜਿਹੜੇ ਦੇ ਬੈਰੀਕੇਡਸ ਲਗਾ ਕੇ ਪੁਲਿਸ ਨਾਕੇ ਜਿਹੜੇ ਲਾਤੇ ਗਏ ਨੇ। ਤੁਸੀਂ ਦੇਖ ਸਕਦੇ ਹੋ ਇੱਥੇ ਆਵਾਜਾਈ ਬਿਲਕੁਲ ਬੰਦ ਹੈ, ਜਦਕਿ ਇਹ ਸੰਗਰੂਰ ਨੂੰ ਜੋੜਦੀ ਹੈ ਰੋਡ, ਪੂਰੀ ਤਰ੍ਹਾਂ ਜਿਹੜੀ ਹੈਗੀ ਸੰਗਰੂਰ ਨੂੰ ਜੋੜਦੀ ਹੈ ਰੋਡ, ਤੇ ਇਹਦੇ ਉੱਪਰ ਆਵਾਜਾਈ ਬਿਲਕੁਲ ਬੰਦ ਕਰਤੀ ਗਈ। ਸਿਰਫ 2-ਵੀਲਰਸ ਲਈ ਜਿਹੜੀ ਹੈ ਉਹ ਰੱਖੀ ਗਈ ਹੈ ਤਾਂ ਕਿ 2-ਵੀਲਰਸ ਜਿਹੜੇ ਨੇ ਉਹ ਲੰਘ ਸਕਣ, ਕਿਉਂਕਿ ਆਸ ਪਾਸ ਦੇ ਪਿੰਡਾਂ ਦੇ ਵਿੱਚ 2-ਵੀਲਰਸ ਵਾਲਿਆਂ ਨੂੰ ਦਿੱਕਤ ਨਾ ਆਵੇ। ਤੇ ਫਿਲਹਾਲ ਅਸੀਂ ਟੀਚਰਸ ਨਾਲ ਵੀ ਗੱਲ ਕਰਾਂਗੇ। ਬਾਕੀ ਤੁਸੀਂ ਪੁਲਿਸ ਦੀ ਗੱਲ ਕੀਤੀ, ਉਹ ਤੁਹਾਨੂੰ ਦੱਸਿਆ ਕਿ ਦੋਨੋਂ ਪਾਸੇ ਬੈਰੀਗੇਟਿੰਗ ਕਰਕੇ ਜਿਹੜਾ ਹੈਗਾ ਉਹ ਰਸਤਾ ਸਾਰਾ ਬੰਦ ਕਰਤਾ ਗਿਆ। ਇਸੇ ਜਗ੍ਹਾ ਤੋਂ ਕੱਲ੍ਹ ਦੋਨੋਂ ਟੀਚਰਸ ਨੇ ਛਾਲ ਮਾਰੀ ਸੀ ਜਿਨ੍ਹਾਂ ਨੂੰ ਗੋਤਾਖੋਰਾਂ ਨੇ ਬਚਾ ਲਿਆ ਸੀ। ਪ੍ਰਸ਼ਾਸਨ ਦੀ ਵੀ ਗੱਲ ਕਰੀਏ, ਪ੍ਰਸ਼ਾਸਨ ਨੇ ਵੀ ਜ਼ਰੂਰ ਅਗਰ ਤਿਆਰੀ ਕਰ ਲਈ ਹੈ ਕਿ ਅਗਰ ਟੀਚਰਸ ਦੇ ਨਾਲ ਗੱਲ ਨਹੀਂ ਬਣਦੀ, ਦੁਬਾਰਾ ਕੋਈ ਇਸ ਤਰ੍ਹਾਂ ਦੀ ਘਟਨਾ ਹੁੰਦੀ ਹੈ ਤੇ ਜਿਹੜੇ ਇਹ ਬਚਾ ਸਕਣ। ਇਸ ਵਕਤ ਟੀਚਰ ਸਾਡੇ ਨਾਲ ਨੇ, ਇਹਨਾਂ ਨਾਲ ਗੱਲ ਕਰਾਂਗੇ। ਪ੍ਰਸ਼ਾਸਨ ਨੇ ਆਪਣੀ ਤਿਆਰੀ ਕਰ ਲਈ, ਕੱਲ ਤੁਸੀਂ ਛਾਲ ਮਾਰੀ ਸੀ ਤੇ ਹੁਣ ਤੁਹਾਡੀ ਅਗਲੀ ਰਣਨੀਤੀ ਕੀ ਰਹੂਗੀ? ਪ੍ਰਸ਼ਾਸਨ ਤੋਂ ਵੱਲੋਂ ਤੁਹਾਡੀ ਕੋਈ ਗੱਲ ਹੋਈ ਹੈ ਉਹਨਾਂ ਨਾਲ? ਅਸੀਂ ਜੀ ਹਾਲੇ ਤੱਕ ਕੁਝ ਨਹੀਂ ਦੱਸ ਸਕਦੇ, ਸਾਡਾ ਗੁਪਤ ਐਕਸ਼ਨ ਹੈ।
ਅਸੀਂ ਜੋ ਵੀ ਰਣਨੀਤੀ ਬਣਾਈ ਸੀ ਉਹ ਬਣਾਉਣੀ ਸੀ ਉਹ ਬਣਾ ਚੁੱਕੇ ਹਾਂਗੇ, ਪਰ ਚੇਤਾਵਨੀ ਦਿੰਦੇ ਹਾਂ ਪ੍ਰਸ਼ਾਸਨ ਨੂੰ ਕਿ ਜੇ ਸਾਡਾ ਜਲਦੀ ਤੋਂ ਜਲਦੀ ਹੱਲ ਨਾ ਕੀਤਾ ਗਿਆ ਹੁਣ ਅਸੀਂ ਕੋਈ ਤਿੱਖਾ ਸੰਘਰਸ਼ ਕਰਨ ਦੇ ਰੋਹ ਦੇ ਵਿੱਚ ਹਾਂਗੇ। ਕਦੋਂ ਤੱਕ ਇੰਤਜ਼ਾਰ ਰਹੇਗਾ ਪ੍ਰਸ਼ਾਸਨ ਦਾ, ਜਿਵੇਂ ਕਿ ਤੁਸੀਂ ਕਹਿ ਰਹੇ ਹੋ ਕੱਲ ਕਿਹਾ ਗਿਆ ਸੀਗਾ ਅੱਜ ਸਵੇਰੇ 10 ਵਜੇ ਦਾ ਟਾਈਮ ਦਿੱਤਾ ਜਾਏਗਾ, ਫਿਰ ਉਸ ਤੋਂ ਬਾਅਦ 2 ਵਜੇ ਤੱਕ ਇੰਤਜ਼ਾਰ ਕੀਤਾ ਗਿਆ, ਹੁਣ ਤੁਹਾਨੂੰ 12 ਤਰੀਕ ਦਿੱਤੀ ਜਾਏ, ਤੁਹਾਨੂੰ 12 ਤਰੀਕ ਕਿਉਂ ਨਾ ਮਨਜ਼ੂਰ ਹੈ? ਦੇਖੋ ਜੀ ਉਹ ਸਾਡੀ ਸਟੇਟ ਕਮੇਟੀ ਦਾ ਫੈਸਲਾ, ਜਿਹੜਾ ਅੰਤਿਮ ਫੈਸਲਾ ਉਹ ਹੋਏਗਾ, ਪਰ ਅਸੀਂ ਚਾਹੁੰਦੇ ਹਾਂ ਵੀ ਸਾਨੂੰ ਹਾਲੇ ਤੱਕ ਸਾਨੂੰ ਅੱਜ ਤੱਕ ਲੋਲੀਪੋਪ ਹੀ ਦਿੱਤੇ ਜਾ ਰਹੇ ਹੈ। ਮੀਟਿੰਗਾਂ ਸਾਡੀਆਂ ਜਿਹੜੀਆਂ ਜਿੰਨੀਆਂ ਮੀਟਿੰਗਾਂ ਹੋਈਆਂ ਅੱਜ ਤੱਕ ਉਹ ਬੇਸਿੱਟਾ ਰਹੇ। ਕੱਲ ਰਾਤ ਵੀ ਤੁਸੀਂ ਇੱਥੇ ਹੀ ਸੁੱਤੇ ਸੀ ਤੇ ਅੱਜ ਕੀ ਤੁਹਾਡਾ ਰਹੇਗਾ? ਬਿਲਕੁਲ ਜੀ, ਰਾਤ ਇੱਥੇ ਸੁੱਤੇ ਸੀ ਤੇ ਅੱਜ ਵੀ ਇਹ ਸਾਡੀ ਤਿਆਰੀ ਤਾਂ ਇਹੀ ਹੈ ਕਿ ਇੱਥੇ ਸੁੱਤਾ ਜਾਵੇ, ਪਰ ਜੇ ਕੋਈ ਪ੍ਰਸ਼ਾਸਨ ਸਾਨੂੰ ਆਸ਼ਵਾਸਨ ਦਿੰਦਾ ਹੈ ਤਾਂ ਪੱਕੇ ਤੌਰ ਦੇ ਉੱਤੇ ਜੇ ਸਾਡੀ ਤਸੱਲੀ ਹੁੰਦੀ ਹੈ ਤਾਂ ਅਸੀਂ ਆਪਣਾ ਧਰਨਾ ਚੱਕਣ ਨੂੰ ਤਿਆਰ ਵੀ ਹਾਂ। ਜੀ ਬਿਲਕੁਲ, ਮਹਿਲਾ ਟੀਚਰ ਵੀ ਹੈਗੀਆਂ ਨੇ ਇੱਥੇ ਜਿਹੜੀਆਂ ਇੱਥੇ ਹੀ ਰਹੀਆਂ ਸੀਗੀਆਂ, ਇਹਨਾਂ ਨਾਲ ਗੱਲ ਕਰਾਂਗੇ। ਕੀ ਕਹੋਗੇ, ਰਾਤ ਤੁਸੀਂ ਇੱਥੇ ਹੀ ਫਿਰ ਰਹੇ ਸੀ? ਹਾਂਜੀ, ਅਸੀਂ ਸਾਰੇ ਇੱਥੇ ਸੀ। ਤੇ ਕੀ ਮੰਗ ਹੈ ਹੁਣ ਤੁਹਾਡੀ? ਸਾਡੀਆਂ ਮੰਗਾਂ ਹੀ ਨਹੀਂ, ਸਾਡੀਆਂ ਪੋਸਟਾਂ ਦੇ ਵਿੱਚ ਵਾਧਾ ਕੀਤਾ ਜਾਵੇ ਜਿਹੜੇ ਸਾਡੇ ਤਪੀਲ। ਮੈਂ ਤੁਹਾਨੂੰ ਅਪੀਲ ਕਰਦਾ ਕਿ ਕੋਈ ਸੀਨੀਅਰ ਅਫਸਰ ਜੇਕਰ ਪੁਲਿਸ ਦੇ ਇੱਥੇ ਖੜੇ ਨੇ ਤੁਸੀਂ ਉਹਨਾਂ ਨਾਲ ਵੀ ਗੱਲਬਾਤ ਕਰੋ, ਕਿਉਂਕਿ ਪੁਲ ਤੇ ਸਿਰਫ ਅਧਿਆਪਕ ਬੈਠੇ ਦਿਖਾਈ ਦੇ ਰਹੇ ਨੇ, ਕਿਤੇ ਨਾ ਕਿਤੇ ਇੰਝ ਲੱਗਦਾ ਕਿ ਇੰਤਜ਼ਾਰ ਕੀਤਾ ਜਾ ਰਿਹਾ ਕਿ ਅਧਿਆਪਕ ਕੋਈ ਐਕਸ਼ਨ ਲੈਣ ਤੇ ਉਸ ਤੋਂ ਬਾਅਦ ਫਿਰ ਕੋਈ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇ, ਕਿਉਂਕਿ ਜੇਕਰ ਪਹਿਲਾਂ ਹੀ ਇਸ ਨੂੰ ਬਚਾ ਲਿਆ ਜਾਵੇ ਇਸ ਤਰੀਕੇ ਦੇ ਨਾਲ, ਕਿਉਂਕਿ ਕੱਲ ਬੀਤੇ ਦਿਨੀ ਜੋ ਅਸੀਂ ਤਸਵੀਰਾਂ ਦੇਖੀਆਂ ਇੱਕ ਅਧਿਆਪਕ ਦੇ ਵੱਲੋਂ ਛਾਲ ਲਗਾ ਦਿੱਤੀ ਜਾਂਦੀ ਹੈ ਤੇ ਬਾਅਦ ਦੇ ਵਿੱਚ ਉਸ ਨੂੰ ਬਾਹਰ ਕੱਢਿਆ ਜਾਂਦਾ ਹੈ, ਹਾਲਾਂਕਿ ਪੁਲ ਤੇ ਕੋਈ ਪੁਲਿਸ ਅਧਿਕਾਰੀ ਇੱਥੇ ਕੋਈ ਦਿਖਾਈ ਨਹੀਂ ਦੇ ਰਿਹਾ ਸਾਨੂੰ। ਜੀ ਬਿਲਕੁਲ, ਪ੍ਰਸ਼ਾਸਨ ਵੱਲੋਂ ਹਜੇ ਕੋਈ ਗੱਲਬਾਤ ਨਹੀਂ ਹੋ ਪਾ ਰਹੀ ਕਿਉਂਕਿ 12 ਤਰੀਕ ਦਾ ਟਾਈਮ ਦਿੱਤਾ ਹੋ ਗਿਆ। ਜਿਹੜੀ ਤਸਵੀਰਾਂ ਅਸੀਂ ਸਵੇਰ ਤੋਂ ਹੀ ਦਿਖਾ ਰਹੇ ਸੀਗੇ ਪੁੱਡਾ ਗਰਾਊਂਡ ਦੀਆਂ, ਉੱਥੇ ਜਿਹੜੇ ਵਿਧਾਇਕ ਜਿਹੜੇ ਪਹੁੰਚੇ, ਕਈ ਵਿਧਾਇਕ ਪਹੁੰਚੇ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਉੱਥੇ ਜਿਹੜੀ ਜਥੇਬੰਦੀਆਂ ਪਹੁੰਚੀਆਂ ਹੋਈਆਂ ਨੇ ਤੇ ਉਹ ਗੱਲਬਾਤ ਕਰ ਰਹੀਆਂ ਨੇ ਕਿ ਕਿਸ ਤਰ੍ਹਾਂ ਜਿਹੜਾ ਹੈਗਾ ਅਗਲੀ ਰਣਨੀਤੀ ਤੈਅ ਕੀਤੀ ਜਾਵੇ। ਤੇ ਫਿਲਹਾਲ ਜਿਹੜੀ ਇਸ ਨਹਿਰ ਦਾ ਵੀ ਇੱਕ ਤਸਵੀਰ ਦਿਖਾਣੀ ਜਿਹੜੀ ਦਰਸ਼ਕਾਂ ਨੂੰ ਜ਼ਰੂਰੀ ਹੈ, ਕਿਉਂਕਿ ਤਾਂ ਕਿ ਪਤਾ ਚੱਲੇ ਕਿ ਇਸ ਜਗ੍ਹਾ ਤੇ ਨਹਿਰ ਤੇ ਉੱਪਰ ਛਾਲ ਮਾਰੀ ਸੀਗੀ। ਤੇ ਫਿਲਹਾਲ ਜਿਹੜੀ ਤਿਆਰੀਆਂ ਜਿਹੜੀਆਂ ਪ੍ਰਸ਼ਾਸਨ ਵੱਲੋਂ, ਇੱਕ ਵਾਰ ਮੈਂ ਕੈਮਰਾਮੈਨ ਨੂੰ ਕਹੂੰਗਾ ਤੁਹਾਨੂੰ ਜ਼ਰੂਰ ਜ਼ੂਮ ਕਰਕੇ ਦਿਖਾਂਗੇ ਕਿਸ ਤਰ੍ਹਾਂ ਸਾਰੀਆਂ ਟੀਮਾਂ ਉੱਥੇ ਤਿਆਰ ਹੋਈਆਂ ਬੈਠੀਆਂ ਨੇ ਕਿ ਅਗਰ ਅਧਿਆਪਕਾਂ ਵੱਲੋਂ ਇਸ ਤਰ੍ਹਾਂ ਦੀ ਕੋਈ ਅਨਸੁਖਾਵੀ ਘਟਨਾ ਨੂੰ ਕੀਤਾ ਜਾਂਦਾ ਤੇ ਉਹਨਾਂ ਨੂੰ ਤੁਰੰਤ ਜਿਹੜਾ ਹੈਗਾ ਇੱਥੋਂ ਬਾਹਰ ਕੱਢਿਆ ਜਾ ਸਕੇ। ਬਕਾਇਦਾ ਇੱਥੇ ਰੱਸੀ ਲਗਾਈ ਹੈ, ਪ੍ਰਸ਼ਾਸਨ ਨੇ ਦੂਸਰੇ ਪਾਸੇ ਜ਼ਰੂਰ ਤਿਆਰੀ ਕਰ ਲਈ ਹੈ ਤਾਂ ਕਿ ਜਿਹੜੇ ਟੀਚਰਸ ਵੱਲੋਂ ਕੋਈ ਵੀ ਕਦਮ ਚੱਕਿਆ ਜਾਂਦਾ ਤੇ ਉਹਦੇ ਉੱਪਰ ਫੌਰੀ ਤੌਰ ਦੇ ਉੱਪਰ ਉਹਨਾਂ ਨੂੰ ਬਚਾਇਆ ਜਾ ਸਕੇ। ਲੇਕਿਨ ਵੇਖਣ ਵਾਲੀ ਗੱਲ ਹੈ ਕਿ ਜੋ ਇਹਨਾਂ ਦੀਆਂ ਮੰਗਾਂ ਨੇ ਉਹ ਕਦੋਂ ਤੱਕ ਪੂਰੀਆਂ ਹੋਣਗੀਆਂ, ਕਿਉਂਕਿ ਆਪਣੀ ਮੰਗਾਂ ਲਈ ਇੱਥੇ ਬੈਠੇ ਹੋਏ ਨੇ ਤੇ ਤੁਸੀਂ ਦੇਖ ਸਕਦੇ ਹੋ ਜਿਹੜਾ ਯੂਥ ਹੈਗਾ, ਯੂਥ ਟੀਚਰ ਨੇ ਸਾਰੇ, ਤੇ ਆਪਣੇ ਹੱਕਾਂ ਦੇ ਲਈ ਕਿਵੇਂ ਜ਼ਮੀਨ ਤੇ ਇੱਥੇ ਬੈਠ ਕੇ ਰਾਤ ਸੜਕਾਂ ਤੇ ਸੋ ਕੇ ਕੱਢਦੇ ਪਏ ਨੇ ਤਾਂ ਇੰਤਜ਼ਾਰ ਕਰ ਰਹੇ ਨੇ ਕਿ ਸਰਕਾਰ ਨੇ ਜਿਹੜਾ ਵਾਅਦਾ ਕੀਤਾ ਸੀਗਾ, ਦਾਅਵਾ ਕੀਤਾ ਸੀਗਾ ਕਿ ਟੀਚਰਸ ਨੂੰ ਪੱਕਾ ਕੀਤਾ ਜਾਏਗਾ, ਤੇ ਕਦੋਂ ਤੱਕ ਪੱਕਾ ਕਰਦੇ? ਤੁਹਾਨੂੰ ਕਿੰਨਾ ਕੁ ਉਮੀਦ ਹੈਗੀ ਹੈ, ਕਿੰਨਾ ਕੁ ਵਿਸ਼ਵਾਸ ਹੈਗਾ ਕੈਪਟਨ ਸਰਕਾਰ ਤੇ? ਜਦੋਂ ਤੁਹਾਡੇ ਸਰਕਾਰ ਆਉਣ ਤੋਂ ਪਹਿਲੇ ਧਰਨੇ ਲੱਗਦੇ ਹੁੰਦੇ ਸੀ ਉਦੋਂ ਕੈਪਟਨ ਸਾਹਿਬ ਤੁਹਾਡੇ ਵਿੱਚ ਆ ਕੇ ਬਹਿੰਦੇ ਸੀ, ਕਹਿੰਦੇ ਸੀਗੇ ਕਿ ਜਦੋਂ ਸਰਕਾਰ ਬਣੂਗੀ ਤੁਹਾਡੀਆਂ ਨੌਕਰੀਆਂ ਪੱਕੀਆਂ ਕੀਤੀਆਂ, ਉਹਨੇ ਕਿੰਨਾ ਕੁ ਵਿਸ਼ਵਾਸ ਹੈ? ਕੈਪਟਨ ਸਰਕਾਰ ਜਦੋਂ ਆਈ ਸੀ ਉਹ ਘਰ ਘਰ ਰੁਜ਼ਗਾਰ ਘਰ ਘਰ ਨੌਕਰੀ ਕਹਿ ਕੇ ਆਈ ਸੀ, ਪਰ ਸਾਨੂੰ ਸਾਡਾ ਧਰਨਾ ਚੱਲਦੇ ਨੂੰ ਸੰਗਰੂਰ ਵਿੱਚ ਪਿਛਲੇ 6 ਮਹੀਨੇ ਹੋ ਚੁੱਕੇ ਨੇ ਤੇ 4 ਵਾਰ ਸਾਡੇ ਤੇ ਲਾਠੀਚਾਰਜ ਹੋ ਚੁੱਕਿਆ। ਪਿਛਲੀ ਵਾਰ ਵੀ ਸਾਨੂੰ ਮਹਾਰਾਣੀ ਪ੍ਰਨੀਤ ਕੌਰ ਨੇ ਮੀਟਿੰਗ ਲਈ ਬੁਲਾਇਆ ਸੀ ਪਰ ਸਾਡਾ ਕੋਈ ਹੱਲ ਨਹੀਂ ਮਿਲਿਆ, ਹਰ ਵਾਰੀ ਸਾਨੂੰ ਲੋਲੀਪੋਪ ਦਿੱਤਾ ਜਾਂਦਾ। ਇਸ ਵਾਰ ਵੀ ਪ੍ਰਸ਼ਾਸਨ ਦਾ ਜਿਹੜਾ ਰੁੱਖ ਹੈ ਬੜਾ ਹੀ ਅਜੀਬ ਹੈ। ਕੱਲ ਵੀ ਸਾਡੇ ਤੇ ਬਹੁਤ ਜ਼ਿਆਦਾ ਲਾਠੀਚਾਰਜ ਹੋਇਆ ਤੇ ਅੱਜ ਵੀ ਅਸੀਂ ਬਹੁਤ ਹੀ ਤਿੱਖੇ ਰੋਹ 'ਚ ਬੈਠੇ ਹਾਂ। ਅੱਜ ਵੀ ਸਾਡੇ ਵੱਲੋਂ ਗੁਪਤ ਐਕਸ਼ਨ ਕੀਤੇ ਜਾਣਗੇ ਤੇ ਅਸੀਂ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦੇ ਹਾਂ, ਜੇ ਸਾਡਾ ਜਲਦੀ ਤੋਂ ਜਲਦੀ ਹੱਲ ਨਾ ਹੋਇਆ ਤਾਂ ਅਸੀਂ ਹੋਰ ਐਕਸ਼ਨ ਕਰਾਂਗੇ।
ਨਹੀਂ ਤੁਸੀਂ ਐਕਸ਼ਨ ਦੀ ਗੱਲ ਕਰ ਰਹੇ ਹੋ, ਬੱਚਿਆਂ ਤੇ ਕਿੰਨਾ ਮਾਨਸਿਕ ਅਸਰ ਪੈਂਦਾ ਕਿਉਂਕਿ ਟੀਚਰ ਹੁੰਦੇ ਨੇ, ਉਹਨਾਂ ਨੂੰ ਵੇਖਦੇ ਨੇ, ਉਹਨਾਂ ਦਾ ਮਨੋਬਲ ਜਿਹੜਾ ਉਹਦੇ ਤੋਂ ਹੀ ਸੈੱਟ ਹੁੰਦਾ, ਮਾਨਸਿਕਤਾ ਸੈੱਟ ਹੁੰਦੀ ਕਿ ਸਾਡੇ ਟੀਚਰ ਇੱਦਾਂ. ਹੁਣ ਟੀਚਰ ਜੇ ਇਸ ਤਰ੍ਹਾਂ ਵੇਖਣਗੇ ਬੱਚਿਆਂ ਨੂੰ, ਉਹਨਾਂ ਦੀ ਮਾਨਸਿਕਤਾ ਤੇ ਕੀ ਫਰਕ ਪਏਗਾ ਕਿ ਨਹਿਰ 'ਚ ਛਾਲ ਮਾਰ ਦੇਣੀ, ਇਸ ਤਰ੍ਹਾਂ ਦੇ ਕਦਮ ਚੱਕਣੇ? ਟੀਚਰ ਕਰਨੇ ਕੀ, ਅਸੀਂ ਬੇਰੁਜ਼ਗਾਰ ਹਾਂ, ਸਾਡੇ ਕੋਲ ਕੋਈ ਹੱਲ ਹੀ ਨਹੀਂ. ਜਾਂ ਤਾਂ ਸਾਨੂੰ ਰੁਜ਼ਗਾਰ ਦਿੱਤਾ ਜਾਏ ਜਾਂ ਗੋਲੀ ਮਾਰ ਦਿੱਤੀ ਜਾਏ, ਅਸੀਂ ਮਰਨ ਲਈ ਤਿਆਰ ਹਾਂ.